ਬਾਈਕ ਦੀ ਸਾਊਂਡ ਸੁਣੋ, ਬਾਈਕ ਦੀ ਸਾਊਂਡ। ਮਾਈ ਗੋਡ, ਇੰਨੀ ਤੇਜ਼। ਇਹ ਹੈ ਜੀ ਆਈਸਕ੍ਰੀਮ ਸਟੂਡੀਓ ਬੱਚਿਆਂ ਵਾਸਤੇ। ਐਮਬੂਲ ਖਾਂਦੀ ਸੀ ਸਾਰੀ ਗੱਡੀਆਂ ਸਟਿਲ। ਇੱਥੇ ਲੱਗੀਆਂ ਜੀ ਸਾਈਕਲਾਂ ਜਿਹੜੀਆਂ ਕਿ ਰੈਂਟ 'ਤੇ ਮਿਲਦੀਆਂ, ਨਾਲੇ ਚਾਰਜੇਬਲ ਵੀ ਹੈ। ਚਾਰਜੇਬਲ ਵੀ ਹੈ ਅਤੇ ਬਿਨਾਂ ਚਾਰਜ। ਪਿੱਛੇ 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 ਸੇ ਚਲੋ, ਪਿੱਛੇ ਸੇ। ਮੈਂ ਤਾਂ ਜਿਹੜੀ ਟ੍ਰੈਮ ਵੀ ਦੇਖੀ ਸੀ, ਸਿਰਫ ਫਿਲਮਾਂ 'ਚ ਦੇਖੀ ਸੀ, ਅੱਜ ਪਹਿਲੀ ਵਾਰ ਇਹ 'ਚ ਬਹਿ ਕੇ ਦੇਖੀ। ਇਹ ਆ ਗਈ ਜੀ ਟ੍ਰੈਮ। ਦੀਦੀ ਕਿਸੇ ਖਰੀਦੀ ਜਗ੍ਹਾ ਬਸ ਪਾਰਕਿੰਗ ਬਣਾ ਦਿੱਤੀ ਉੱਥੇ। ਠੀਕ ਹੈ।
ਸਾਡੇ ਨਹੀਂ ਆਇਆ ਕਿਉਂ ਆਪਾਂ ਪਤਾ ਨਹੀਂ ਹੁਣ ਤਾਂ ਪਹਿਲੀ ਵਾਰੀ ਆਏ ਆ ਸਾਨੂੰ ਕਿਵੇਂ ਪਤਾ ਲੱਗੇਗਾ ਜਿਹੜਾ ਇੱਥੇ ਨਹੀਂ ਆਇਆ ਕਿੱਥੇ ਨਹੀਂ ਆਇਆ ਇੱਥੇ ਦੇ ਲੋਕ ਨਜ਼ਾਰੇ ਕਿਉਂਕਿ ਇਹ ਸਟਰੀਟ ਹੈਗੀ ਸਭ ਤੋਂ ਫੇਮਸ ਲਾਈਕ ਟੋਰਾਂਟੋ ਦੀ ਆਪਾਂ ਮੇਨ ਹੁਣ ਡਾਊਨ ਟਾਊਨ 'ਚ ਖੜੇ ਹਾਂ ਇਸ ਟਾਈਮ ਈਟਨ ਸੈਂਟਰ ਦੇ ਬਿਲਕੁਲ ਬਾਹਰ ਠੀਕ ਹੈ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਹਾਂ ਮੈਂ ਤਾਂ ਜਿਹੜੀ ਟ੍ਰੈਮ ਵੀ ਦੇਖੀ ਸੀ ਸਿਰਫ ਫਿਲਮਾਂ 'ਚ ਦੇਖੀ ਸੀ ਅੱਜ ਪਹਿਲੀ ਵਾਰ ਇਹ 'ਚ ਬਹਿ ਕੇ ਦੇਖਿਆ ਮੋਬਾਈਲ ਬੰਦ ਸੀ ਕੈਮਰਾ ਬੰਦ ਸੀ ਉਹਨੇ ਤੁਹਾਨੂੰ ਮੈਂ ਦਿਖਾਉਣੀ ਸੀ ਬਾਈਕ ਕਿੱਦਾਂ ਆਇਆ ਸੀ ਬਾਈਕਰ ਬੜੇ ਜ਼ਬਰਦਸਤ
ਇਹ ਰੋਡ ਸਾਰੀ ਸੁੰਨ ਲੱਗਦੀ ਹੈ, ਇਹ ਰੋਡ 'ਤੇ ਬੁਰਾ ਰਸ਼ ਹੈ, ਜ਼ਬਰਦਸਤ ਲਾਈਟਿੰਗ ਆ, ਇਹ ਬਿਨਾਂ ਲਾਈਟਿੰਗ ਤੋਂ ਲੱਗ ਰਿਹਾ ਥੋੜ੍ਹਾ ਜਿਹਾ। ਕੈਨੇਡੀਅਨ ਟੈਕਸੀ ਇੰਨੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖ ਕੇ ਮੈਂ ਤਾਂ ਹੋ ਰਿਹਾ ਹੈਰਾਨ। ਛੋਟੀਆਂ ਛੋਟੀਆਂ ਰੋਡਾਂ ਅਤੇ ਉੱਚੀਆਂ ਉੱਚੀਆਂ ਬਿਲਡਿੰਗਾਂ, ਸਫਾਈ ਬਿਲਕੁਲ ਓਕੇ ਵਧੀਆ, ਅਤੇ ਸੁੰਦਰ ਕਿੰਨੀ ਹੈ, ਸੁੰਦਰਤਾ ਕਿੰਨੀ ਹੈ ਇੱਥੇ। ਇਸ ਟਾਈਮ ਟਾਈਮ ਹੋ ਗਿਆ ਰਾਤ ਦੇ, ਚੈੱਕ ਕਰ ਸਕਦੇ ਸੀ, 9:06 ਅਤੇ ਹਜੇ ਦਿਨ ਚੜ੍ਹਿਆ, ਦੇਖੋ ਹਲਕੀ ਜੀ ਸ਼ਾਮ ਦਾ ਟਾਈਮ ਹੋਇਆ, ਲੇਕਿਨ ਅਜੇ ਦਿਨ ਚੜ੍ਹਿਆ ਹੋਇਆ। ਇੱਥੇ ਸੂਰਜ ਦੇਵਤਾ ਜੀ ਜਾਂਦੇ ਵੀ ਲੇਟ ਹੈ ਅਤੇ ਸਵੇਰੇ ਆਉਂਦੇ ਵੀ ਜਲਦੀ ਹੈ, ਸਵੇਰੇ 5 ਡਬਲ ਸ਼ਿਫਟ ਲਾਉਂਦੇ ਆ, ਡਬਲ ਸ਼ਿਫਟ ਲਾਉਂਦੇ, ਡੇਢ ਗੁਣਾ ਪੈਸੇ ਮਿਲਦੇ ਨਾ ਤਾਂ। ਸਹੀ ਗੱਲ ਹੈ, ਡਬਲ ਸ਼ਿਫਟ ਲਾਉਂਦੇ ਆ, ਡੇਢ ਗੁਣਾ ਪੈਸੇ ਮਿਲਦੇ, ਸਵੇਰੇ 5 ਸੂਰਜ ਦੇਵਤਾ ਜਾ ਜਾਂਦੇ ਆ ਅਤੇ ਰਾਤੀ ਮੈਂ ਲੱਗਦਾ 10:30 ਜਾਂਦੇ ਆ। ਇਹ ਹੈ ਜੀ ਡਾਊਨ ਟਾਊਨ ਦੀ ਚਰਚ, ਡਾਊਨ ਟਾਊਨ ਟੋਰਾਂਟੋ, ਇਹ ਚਰਚ ਹੈ ਜੀ ਇੱਥੇ ਦੀ। ਅਸੀਂ ਚਰਚ ਦੀ ਬੈਕ ਸਾਈਡ 'ਤੇ ਜਾਣਾ ਜਿੱਥੇ ਕਨੇਡਾ ਲਿਖਿਆ ਹੋਇਆ, ਜਿੱਥੇ ਸਾਰੇ ਜਾ ਕੇ ਫੋਟੋਆਂ ਖਿਚਾਉਂਦੇ ਆ, ਅਸੀਂ ਵੀ ਉੱਥੇ ਜਾ ਕੇ ਫੋਟੋ ਖਿਚਾਉਣੀ ਆ, ਤਾਂ ਹੀ ਪਤਾ ਲੱਗੂਗਾ ਕਨੇਡਾ ਆਏ ਹਾਂ। ਚਰਚ ਦੇਖੋ ਕਿੰਨੀ ਖੂਬਸੂਰਤ ਬਣੀ ਹੈ ਯਾਰ, ਟੈਕਚਰ ਕਿੱਡਾ ਵਧੀਆ ਦਾ। ਉਹ ਦੇਖੋ ਉਹ ਆ ਗਿਆ ਸਾਹਮਣੇ ਨਜ਼ਰ ਆ ਰਿਹਾ, ਉਹ ਲਿਖਿਆ ਟੋਰਾਂਟੋ। ਇਹ ਹੈ ਜੀ ਆਈਸਕ੍ਰੀਮ ਸਟੂਡੀਓ ਬੱਚਿਆਂ ਵਾਸਤੇ, ਲਿਖਿਆ ਫੋਰ ਚਾਈਲਡ, ਠੀਕ ਹੈ ਸਾਡੇ, ਹਾਂ ਸਾਡੇ ਬੱਚੀ ਹੈ ਤੁਸੀਂ ਬਿਲਕੁਲ, ਮੈਂ ਕਿਹਾ ਫੁੱਲ ਲਿਖਿਆ ਫੁੱਲ ਚਾਈਲਡ, ਕਹਿੰਦੇ ਸੀ ਬੱਚੀ ਹਾਂ ਤੁਹਾਡੇ, ਗੱਲ ਤਾਂ ਠੀਕ ਹੈ ਤੇ ਨਿਆਣਿਆਂ ਨੇ। ਹੁਣ ਮੈਂ ਦਿਖਾਉਣੀ ਤੁਹਾਨੂੰ ਇੱਕ ਖੂਬਸੂਰਤ ਚੀਜ਼ ਜਿਹਦਾ ਅਸੀਂ ਫੋਟੋਆਂ 'ਚ ਦੇਖਦੇ ਹਾਂ।
ਤੇ ਮਨਪ੍ਰੀਤ ਕੌਰ ਜੀ ਪ੍ਰਿੰਟ ਵੀ ਨਾਲ ਕੱਢਦੇ ਆ ਫੋਟੋ ਖਿਚਾਉਂਦੇ ਹੋਏ ਮਨਪ੍ਰੀਤ ਕੌਰ ਬਾਦਲ ਜੀ ਬਾਦਲ ਦਾ ਉਹਨੇ ਕਿਤੇ ਟ੍ਰੋਫੀਆਂ ਦੇ ਕੋਲੇ ਆਦੇ ਕੋਲੇ ਟ੍ਰੋਫੀਆਂ ਦੇਖੋ ਵੀ ਮੇਰੇ ਘਰ ਵਾਲੇ ਨੂੰ ਤਾਂ ਹਰ ਜਗ੍ਹਾ ਪੈਸੇ ਦਿੱਤੇ ਦੇਖੋ ਲਓ ਜੀ ਹੁਣ ਮੇਰਾ ਘਰ ਵਾਲਾ ਫੋਟੋ ਖਿੱਚਣ ਲੱਗਾ ਮੈਨੂੰ ਪਾਣੀ ਵਾਲਾ ਅਸੀਂ ਫਿਲਿਪਸ ਲੈਕਨ ਸਕੁਅਰ ਘੁੰਮ ਲਿਆ ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਯੌਂਗ ਸਟਰੀਟ 'ਤੇ ਅਤੇ ਯੌਂਗ ਸਟਰੀਟ 'ਤੇ ਉੱਥੇ ਜਾ ਕੇ ਅਸੀਂ ਫਿਰ ਲਵਾਂਗੇ ਆਪਣੀ ਟੀ ਟੀ ਸੀ 'ਤੇ ਜਾਵਾਂਗੇ ਘਰ ਫਿਰ ਕਰਾਂਗੇ ਡਿਨਰ ਉਹਨਾਂ ਦੇ ਘਰ ਮਨੂ ਮਾਸੀ ਘਰ ਅਤੇ ਫਿਰ ਡਿਨਰ ਕਰਨ ਤੋਂ ਬਾਅਦ ਅਸੀਂ ਜਾਵਾਂਗੇ ਆਪਣੇ ਘਰ ਅਤੇ ਹੁਣ ਆਪਾਂ ਮੈਨੂੰ ਤਾਂ ਬਹੁਤ ਮਜ਼ਾ ਆਇਆ ਬਿਲਡਿੰਗਾਂ ਦੇਖ ਕੇ ਟੋਰੋਂਟੋ ਦਾ ਸਾਈਨ ਦੇਖ ਕੇ ਮੈਂ ਤਾਂ ਫੋਟੋਆਂ ਖਿਚਾ ਖਿਚਾ ਕੇ ਥੱਕਿਆ ਨਹੀਂ ਅੱਜ ਤੱਕ ਮਨਾਲੀ ਵਾਰੀ ਪੂਰੀ ਠੰਡ ਹੈ ਜਿੱਦਾਂ ਮਨਾਲੀ ਠੰਡ ਹੁੰਦੀ ਗਰਮੀਆਂ 'ਚ ਉੱਦਾਂ ਦੀ ਠੰਡ ਹੈ ਇੱਥੇ ਦਾ ਵੈਦਰ ਮੈਂ ਕਹਿੰਦਾ ਬਹੁਤ ਵਧੀਆ ਇੰਨੀ ਕੁ ਵਧੀਆ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਜਿੱਥੇ ਇੰਨੀ ਬਰਫ਼ ਪੈਂਦੀ ਹੈ ਉੱਥੇ ਇਹੋ ਜਿਹਾ ਮੌਸਮ ਰਹਿੰਦਾ ਹੀ ਰਹਿੰਦਾ ਰਹਿੰਦਾ ਹੀ ਰਹਿੰਦਾ ਸਭ ਤੋਂ ਖਾਸ ਗੱਲ ਹੈ ਵੈ ਇੱਥੇ ਦੇ ਲੋਕੀ ਸਮਰ ਜ਼ ਇੰਜੋਏ ਕਰਦੇ ਹੁੰਦੇ ਆਈਸਕ੍ਰੀਮ ਖਾਓ ਆਪਣੇ ਉੱਥੇ ਇੰਡੀਆ ਕੀ ਹੈ ਕਿ ਲੋਕੀ ਗਰਮੀ ਚ ਬਾਹਰ ਨਹੀਂ ਨਿਕਲਦੇ ਕੁਛ ਨਹੀਂ ਹੈਗਾ ਕੁਛ ਨਹੀਂ ਮਾਨ ਆਈਸਕ੍ਰੀਮ ਖਾਣੀ ਹੈ ਬਾਹਰ ਨਹੀਂ ਅੱਛਾ ਸੌਰੀ ਬਸ ਦੇ ਪਿੱਛੇ ਲਿਖਿਆ ਹੈ ਵਾਚ ਫੋਰ ਚਿਲਡਰਨ ਤੇ ਸਾਡੇ ਚਿਲਡਰਨ ਖਾਣ ਲਗੇ ਆਈਸਕ੍ਰੀਮ ਕੌਣ ਸੀ ਆਈਸਕ੍ਰੀਮ ਖਾ ਰਹੇ ਜੀ ਮਿਕਸ ਮਿਕਸ ਆਈਸਕ੍ਰੀਮ ਤਿਆਰ ਹੋ ਰਹੀ ਹੈ ਲੋ ਤਿਆਰ ਹੋ ਗਈ ਬੜੀ ਫਾਸਟ ਹੈ ਯਾਰ ਨੋਨੀ ਖਾਏਗਾ ਦੋ ਇਕੱਠੀਆਂ ਹੀ ਕਰ ਰਹੀ ਹੈ ਤੇ ਇਹਦੀ ਕੋਸਟ ਹੈਗੀ ਹੈ $3-3 ਨਹੀਂ ਇਹਦੀ ਜ਼ਿਆਦਾ ਪਾਪਾ ਕਿੰਨੀ ਹੈ ਕਿਉਂ ਤੂੰ ਮਹਿੰਗੇ ਲਈ ਖਾ ਰਹੀ ਹੈ ਹਾਂ ਮੈਂ ਸਪੈਸ਼ਲ ਆ ਨਾ ਮੈਨੂੰ ਸਪੈਸ਼ਲ ਟ੍ਰੀਟਮੈਂਟ ਮਿਲ ਰਿਹਾ ਹੈ ਠੀਕ ਹੈ ਤਾਂ ਕਰਕੇ ਐਮਬੂਲੈਂਸ ਆਉਂਦੀ ਦੀ ਸਾਰੀ ਗੱਡੀਆਂ ਸਟਿਲ ਇੱਥੇ ਇਹ ਚੀਜ਼ ਵਧੀਆ ਭਾਵੇਂ ਰੈੱਡ ਲਾਈਟ ਹੋਵੇ ਭਾਵੇਂ ਗ੍ਰੀਨ ਲਾਈਟ ਹੋਵੇ ਭਾਵੇਂ ਯੈਲੋ ਲਾਈਟ ਹੋਵੇ ਜਦੋਂ ਵੀ ਕੋਈ ਐਂਬੂਲੈਂਸ ਆਉਣੀ ਹੈ ਸਾਰੀਆਂ ਗੱਡੀਆਂ ਸਟਿਲ ਹੋ ਜਾਣੀਆਂ ਜਿੱਥੇ ਜਾ ਰਹੀਆਂ ਉੱਥੇ ਖੜ੍ਹ ਜਾਣੀ ਆਪਣੀ ਪੋਜੀਸ਼ਨ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਰਾਈਟ ਕਰ ਲੈਣੀਆਂ ਹੋ ਜਾਣੀਆਂ ਉਹਨੂੰ ਸਪੇਸ ਪੂਰਾ ਦੇਣੀਆਂ ਫਿਰ ਉਹਨੂੰ ਨਿਕਲਣ ਦੇਣੀਆਂ ਇੱਥੇ ਲੱਗੀਆਂ ਜੀ ਸਾਈਕਲਾਂ ਜਿਹੜੀਆਂ ਕਿ ਰੈਂਟ 'ਤੇ ਮਿਲਦੀਆਂ ਨਾਲੇ ਚਾਰਜੇਬਲ ਵੀ ਹੈ ਚਾਰਜੇਬਲ ਵੀ ਹੈ ਅਤੇ ਬਿਨਾਂ ਚਾਰਜੇਬਲ ਤੋਂ ਵੀ ਹੈ $3.5 ਦੀ ਹੈਗੀ ਬਿਨਾਂ ਚਾਰਜ ਤੋਂ ਅਤੇ ਨਹੀਂ $3 ਦੀ ਹੈ $7 ਬਿਨਾਂ ਤੋਂ $7 ਦੀ ਹੈਗੀ ਜੀ ਬਿਨਾਂ ਚਾਰਜ ਤੋਂ ਨੋਰਮਲ ਅਤੇ $15 ਦੀ ਹੈਗੀ ਚਾਰਜ ਦੀ ਠੀਕ ਹੈ ਜੀ ਚੈੱਕ ਕਰ ਲਿਆ 24 ਘੰਟੇ ਵਾਸਤੇ ਹੀ ਹੈ ਉਹਨੂੰ ਪਤਾ ਨਹੀਂ ਸੀ ਉੱਥੇ ਮੈਂ ਦੁਬਾਰਾ ਮੈਂ ਕਿਹਾ ਚੈੱਕ ਕਰੋ ਕਰੋ ਪਹਿਲਾਂ ਜਰਾ ਕਿੰਨੇ ਕੁ ਦੇਖੀ ਹੈ $24 ਵਾਸਤੇ ਹੈ $7 ਅਤੇ $15 ਜੇ ਤੁਸੀਂ ਲੈਣੀ ਹੈ ਅਤੇ ਇੱਥੇ ਬਹੁਤ ਲੋਕ ਸਾਈਕਲਾਂ 'ਤੇ ਘੁੰਮ ਰਹੇ ਆ ਅਸੀਂ ਦੁਬਾਰਾ ਉਸ ਲੋਕੇਸ਼ਨ 'ਤੇ ਆ ਗਏ ਜੀ ਜਿੱਥੇ ਪਹਿਲੇ ਫੋਟੋ ਖਿਚਾ ਰਹੇ ਸੀ ਥੱਲੇ ਦੇਖੋ ਤੁਹਾਨੂੰ ਸਾਊਂਡ ਆ ਰਹੀ ਹੈ ਅਤੇ ਮੈਟਰੋ ਥੱਲੇ ਟ੍ਰੇਨ ਚੱਲ ਰਹੀ ਸਭ ਇੱਥੇ ਜਿੱਦਾਂ ਜਿੱਦਾਂ ਟਾਈਮ ਜ਼ਿਆਦਾ ਹੁੰਦਾ ਜਾਏਗਾ ਰੌਣਕ ਵਧਦੀ ਜਾਏਗੀ ਫਿਲਹਾਲ ਟਾਈਮ ਮੇਰੇ ਖਿਆਲ 10:30 ਹੋ ਗਿਆ ਗੱਡੀ ਦੇਖੋ ਕਿੰਨੀ ਪੁਰਾਣੀ ਜਾ ਰਹੀ ਹੈ ਠੀਕ ਹੈ
ਪਿੱਛੇ 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 ਸੇ ਚਲੋ ਪਿੱਛੇ ਸੇ ਫਾਈਨਲੀ ਅਸੀਂ ਭੱਜ ਭੱਜ ਕੇ ਸਾਰੇ ਚੜ੍ਹ ਗਏ ਹਾਂ ਕਿਉਂਕਿ ਬੜੀ ਜਲਦੀ ਨਿਕਲ ਜਾਂਦੀ ਹੈ, ਇੱਕ ਅੱਧੇ ਮਿੰਟ ਵਾਸਤੇ ਰੁਕਦੀ ਹੈ। ਨੋਨੀ ਇੱਥੇ ਰਹਿੰਦਾ ਤੇ ਕਹਿੰਦਾ ਮੈਂ 8 ਮਹੀਨੇ ਬਾਅਦ ਇੱਥੇ ਆਇਆ ਵਾ, ਆਏ ਹੋਏ ਆ ਆਏ ਲੇਕਿਨ ਦੁਬਾਰਾ 8 ਮਹੀਨੇ ਬਾਅਦ ਸਨੈਪਚੈਟ ਫਾਨ ਸੀ ਸਨੈਪਚੈਟ ਫਾਨ ਕਹਿੰਦਾ ਇੱਕ ਬੰਦੇ ਦਾ $3 ਲੱਗਦਾ ਹੈ, $3 ਕਾਰਡ ਬੰਦਾ ਸਵੈਪ ਕਰਾਓ ਤਾਂ $3 ਕੱਟੇ ਜਾਣਗੇ ਤੇ 2 ਘੰਟੇ ਲਈ ਫ੍ਰੀ ਟ੍ਰਾਂਸਫਰ ਹੁੰਦਾ ਜਿੱਥੇ ਮਰਜੀ 2 ਘੰਟੇ ਇੱਕ ਵਾਰ 'ਚ। ਚਲੋ ਇੱਕ ਵਾਰ 'ਚ 2 ਘੰਟੇ ਜੇ $3 ਲੱਗ ਗਏ ਤੁਹਾਡੇ ਫ੍ਰੀ, ਉਸ ਤੋਂ ਬਾਅਦ 2 ਘੰਟੇ ਰੋਡ ਦੇ ਵਿੱਚ ਇਹਦੀ ਲਾਈਨਾਂ ਪਈਆਂ ਹੋਈਆਂ 1 2 3 4 ਚਾਰ ਪੰਜ ਡੱਬੇ ਹੈਗੇ ਜੀ। ਬਹੁਤ ਸੋਹਣੀ ਹੈ, ਬਹੁਤ ਸੋਹਣੀ। ਸਭ ਤੋਂ ਮਾੜੀ ਗੱਲ ਇਹ ਹੈ ਡਾਊਨ ਟਾਊਨ 'ਚ ਕਿਤੇ ਹੋਮਲੈਸ ਬੜੇ ਆ, ਸਭ ਨਸ਼ੇੜੀਏ, ਤੁਸੀਂ ਦੇਖੋਗੇ ਤੁਹਾਨੂੰ ਦੇਖ ਕੇ ਡਰ ਲੱਗੇਗਾ ਤੇ ਸਾਨੂੰ ਵੀ ਡਰ ਲੱਗ ਰਿਹਾ ਸੀਗਾ, ਪਰ ਚਲੋ ਕੋਈ ਗੱਲ ਨਹੀਂ ਆ, ਬਹੁਤ ਜ਼ਿਆਦਾ ਸੀਗਾ। ਤੁਹਾਨੂੰ ਹਰ ਇੱਕ ਸਟੈਪ 'ਤੇ ਨਜ਼ਰ ਆਉਣਗੇ, 10-10, 20-20 ਸੜਕ 'ਤੇ ਸੁੱਤੇ ਨਸ਼ਾ ਕਰੀ ਜਾਂਦੇ ਆ, ਬਹੁਤ ਬੁਰਾ ਹਾਲ ਆ ਇੱਥੇ। ਹਾਂਜੀ ਜਾ ਰਹੇ ਹਾਂ ਇਹ ਆ ਗਿਆ ਜੀ, ਇੱਥੇ ਦਾ ਸਰਕਾਰੀ ਪੂਲ ਹੈ, ਇਹਦੀ ਕੋਈ ਫੀਸ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਤੁਹਾਡੇ ਕੋਲ ਕੋਸਟਿਊਮ ਡਰੈਸ ਹੋਣੀ ਚਾਹੀਦੀ ਹੈ ਅਤੇ ਤੁਸੀਂ ਇਹਦੇ ਅੰਦਰ ਜਾ ਕੇ ਸਵਿਮਿੰਗ ਕਰ ਸਕਦੇ ਹੋ, ਇੰਜੋਏ ਕਰ ਸਕਦੇ ਹੋ, ਸਰਕਾਰੀ ਬਣਿਆ ਹੋਇਆ। ਅਸੀਂ ਜਾ ਰਹੇ ਹਾਂ ਬਿਲਡਿੰਗ 'ਚ, ਇਹ ਬਿਲਡਿੰਗ 'ਚ ਇਹਨਾਂ ਦਾ ਅਪਾਰਟਮੈਂਟ ਹੈ ਅਤੇ ਅਸੀਂ ਜਾ ਰਹੇ ਉਹਨਾਂ ਕੋਲ, ਦਿਖਾਉਂਦੇ ਇਹਨਾਂ ਦਾ ਅਪਾਰਟਮੈਂਟ ਹੈ ਤੁਹਾਨੂੰ। ਇਹ ਆ ਗਿਆ ਜੀ ਭਾਈ ਸਾਹਿਬ ਦਾ ਅਪਾਰਟਮੈਂਟ, ਇੱਥੇ ਪਹਿਲਾਂ ਆਪਣੇ ਜੁੱਤੇ ਲਾਓ ਅਤੇ ਫਿਰ ਅੰਦਰ ਲਾਓ। ਇਹ ਹੈ ਜੀ ਇਹਨਾਂ ਦਾ ਅਪਾਰਟਮੈਂਟ, ਬੈਡਰੂਮ, ਇਹ ਬਣੀ ਹੈ ਜੀ ਕਿਚਨ, ਅਤੇ ਇੱਧਰ ਵੀ ਦੇਖੋ ਉੱਪਰ ਦਾ, ਵੈਸੇ ਤਾਂ ਹਨੇਰਾ ਹੋ ਗਿਆ, ਥੋੜ੍ਹਾ ਬਾਹਰ ਜਾ ਕੇ ਦਿਖਾਉਂਦਾ ਤੁਹਾਨੂੰ ਮੈਂ। ਨਾਈਟ ਵੀ ਚੈੱਕ ਕਰੋ,